ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆ ਨੂੰ ਜੀ ਹੁਣੇ ਉਹਨੇ ਨਵਜੂਸ ਤੋਂ ਲੋਕ ਕੈਪਟਨ ਅਮਿੰਦਰ ਸਿੰਘ ਬਾਰੇ ਇੱਕ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਹਾਂ ਜੀ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਦਾ ਇਸ ਲਾਸਟ ਸਾਲ ਰਿਹਾ ਹੈ ਉਹਤੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਇੱਥੇ ਇੱਕ ਮੁੱਦਾ ਕੇਂਦਰ ਸਰਕਾਰ ਵੱਲੋਂ ਵਿਦਾਇਆ ਗਿਆ ਹੈ ਬੀਐਸਐਫ ਦਾ ਅਧਿਕਾਰ ਖੇਤਰ ਬਣ ਗਿਆ ਨਵਜੋ ਸਿੱਧੂ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਸਾਬ ਰਹਿਣ ਰਹੇ ਨੇ ਹਾਂਜੀ ਅਜਿਹਾ ਬਿਆਨ ਆਇਆ ਹੈ ਜਿਸ ਨੂੰ ਸੁਣ ਕੇ ਸਾਰੇ ਹਰਾਂ ਰਹੇ ਨੇ ਵੱਡੀ ਖਬਰ ਸਾਹਮਣੇ ਆਈ ਹੈ ਨਵਜੋਤ ਸਿੱਧੂ ਵੱਲੋਂ ਉਥੇ ਕੈਪਟਨ ਅਮਿੰਦਰ ਸਿੰਘ ਨੂੰ ਹਮਾਇਤ ਕੀਤੀ ਗਈ ਸੀ ਕਿਉਂ ਪੰਜਾਬ ਕਾਂਗਰਸ ਪਤਾ ਨਵਜੋਤ ਸਿੱਧੂ ਵੱਲੋਂ ਕੈਪਟਨ ਦੀ ਤਾਰੀਫ਼ ਕੀਤੀ ਗਈ ਹੈ ਜਿੱਥੇ ਵੀ ਇਹ ਸਾਧ ਅਧਿਕਾਰ ਖੇਤਰ ਨੂੰ ਲੈ ਕੇ ਆਪਣਾ ਮਿੰਦਰ ਸਿੰਘ ਵੱਲੋਂ ਬਿਆਨ ਨੂੰ ਸਹੀ ਦੱਸਦੇ ਹੋਏ ਉਸ ਨੂੰ ਬੱਬਰ ਸ਼ੇਰ ਆਖਿਆ ਗਿਆ ਹੈ ਉਹਨਾਂ ਵਿਧਾਨ ਸਭਾ ਵਿੱਚ ਆ ਕੇ ਕਿ ਅਗਰ ਕੋਈ ਵਿਅਕਤੀ ਸਹੀ ਗੱਲ ਕਰਦਾ ਹੈ ਤਾਂ ਉਸ ਨੂੰ ਸਹੀ ਆਖਾਂਗੇ ਉਹ ਨਾਗਿਕ ਆਪਨਾ ਮਿੰਦਰ ਸਿੰਘ ਵੱਲੋਂ ਬੱਬਰ ਸ਼ੇਰ ਦੀ ਤਰ੍ਹਾਂ ਹੀ ਟਰਮੀਨੇਸ਼ਨ ਆਫ ਔਟਰ ਐਗਰੀਮੈਂਟ ਐਕਟ ਦੇ ਸਮਝੋਤਿਆਂ ਨੂੰ ਰੱਦ ਕੀਤਾ ਗਿਆ ਉਹ ਵੀ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਸੀ ਉਹ ਤੇ ਆਖਿਆ ਗਿਆ ਕਿ ਕਿਸਾਨੀ ਸੰਘਰਸ਼ ਨੂੰ ਵਿਧੇਕਾਰ ਕਿਰਤਨਾ ਜੋੜ ਕੇ ਨਾ ਦੇਖਿਆ ਜਾਏ ਕੀਤੀਕਰ ਨੂੰ ਰੱਦ ਕਰਨਾ ਪੰਜਾਬ ਦਾ ਅਧਿਕਾਰ ਖੇਤਰ ਨਹੀਂ ਹੈ ਜੋ ਕਿ ਕੁਝ ਵਿਧਾਇਕਾਂ ਵੱਲੋਂ ਆਖਿਆ ਗਿਆ ਹੈ ਖਬਰ ਨੂੰ ਲਾ ਸਕਦੇ ਹਾਂ ਲਈ ਥੋੜਾ ਬਹੁਤ ਬਤਨਵਾ